केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜਲੰਧਰ ਦੇ ਸਿਟੀ ਇੰਸਟੀਚਿਊਟ ਵਿਖੇ AK-47 ਅਤੇ ਵਿਸਫੋਟਕ ਸਮੱਗਰੀ ਸਣੇ ਕਸ਼ਮੀਰੀ ਅੱਤਵਾਦੀਆਂ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਤਿਉਹਾਰਾਂ ਤੋਂ ਪਹਿਲਾਂ ਇੱਕ ਬਹੁਤ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਸ ਅੱਤਵਾਦੀ ਸਾਜਿਸ਼ ਪਿੱਛੇ ਸਲੀਪਰ ਸੈੱਲਸ ਦਾ ਹੱਥ ਹੈ। ਉਹਨਾਂ ਕਿਹਾ ਕਿ ਫੜੇ ਗਏ ਅੱਤਵਾਦੀਆਂ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਉਹਨਾਂ ਦੇ ਸਹਿਯੋਗੀਆਂ ਨੂੰ ਫੜਿਆ ਜਾਵੇਗਾ। ਉਹਨਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਦੇ ਕੋਲੋਂ ਹਥਿਆਰਾਂ ਦੇ ਨਾਲ ਨਾਲ RDX ਦਾ ਮਿਲਣਾ ਕਿਸੇ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਸਰਦਾਰ ਭੁੱਲਰ ਨੇ ਕਿਹਾ ਕਿ ਪਟਿਆਲਾ ਦੇ ਬਨੂੜ ਸਥਿਤ ਆਰੀਅਨ ਗਰੁੱਪ ਦੇ ਇੰਜੀਨੀਅਰਿੰਗ ਕਾਲਜ ਅਤੇ ਜਲੰਧਰ ਦੇ ਸਿਟੀ ਇੰਸਟੀਚਿਊਟ ਗਰੁੱਪ ਜਾਂਚ ਦੇ ਦਾਇਰੇ ਵਿੱਚ ਹਨ। ਇਹਨਾਂ ਦੋਹਾਂ ਕੈਂਪਸਾਂ ਦੀ ਪੁਲਿਸ ਜਾਂਚ ਦੀ ਤਿਆਰੀ ਵਿੱਚ ਜੁਟ ਗਈ ਹੈ ਕਿ ਕੈਂਪਸ ਦੇ ਅੰਦਰ ਹਥਿਆਰ ਕਿਸ ਤਰ੍ਹਾਂ ਪਹੁੰਚੇ। ਪੂਰੀ ਜਾਂਚ ਤੋਂ ਬਾਅਦ ਹੋਰ ਖੁਲਾਸੇ ਹੋਣ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੋਹਾਂ ਕੈਂਪਸਾਂ ਦੇ ਹੋਸਟਲ 'ਚ ਆਖਿਰ ਕਿਵੇਂ RDX ਅਤੇ ਖਤਰਨਾਕ ਹਥਿਆਰ ਪਹੁੰਚੇ, ਇਹ ਸਭ ਤੋਂ ਵੱਡਾ ਸਵਾਲ ਹੈ। ਉਹਨਾਂ ਕਿਹਾ ਕਿ ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਹੈ ਅਤੇ ਦੋ ਹੋਰ ਲੜਕਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸੁਸ਼ੀਲ ਹੰਸ ਦੀ ਰਿਪੋਰਟ। DGP ਸਾਹਿਬ ਨੇ ਆਲਰੇਡੀ ਇਹਦੇ ਬਾਰੇ ਪ੍ਰੈਸ ਨੂੰ ਬੜਾ ਡਿਟੇਲ ਨੋਟ ਦੇ ਦਿੱਤਾ ਗਿਆ। AGH ਦਾ ਗਰੁੱਪ ਹੈ, ਮਿਲੀਟੈਂਟਸ ਦਾ ਗੈਂਗ ਸੀ, ਉਹਦੇ ਨਾਲ ਰਿਲੇਟਡ 3 ਇਹ ਸਟੂਡੈਂਟਸ ਜਿਹੜੇ ਆ ਫੜੇ ਗਏ ਆ, ਔਰ ਉਹਨਾਂ ਤੋਂ AK-47 ਪਿਸਟਲ, ਆਰਮਸ, ਐਮੂਨੀਸ਼ਨ ਅਤੇ ਕੁਛ ਐਕਸਪਲੋਸਿਵ ਜਿਹੜਾ ਬਰਾਮਦ ਹੋਇਆ। ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਡੀਪਲੀ, ਔਰ ਹਰੇਕ ਐਂਗਲ ਤੋਂ ਇਹ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਸੋ ਦੈਟ ਜਿਹੜਾ ਓਪਰੇਸ਼ਨ ਹੈ ਅਸੀਂ ਇਹਨੂੰ ਹੋਰ ਸਿਰੇ ਚੜ੍ਹਾ ਸਕੀਏ। ਬਾਕੀ ਜਿਹੜੇ ਹੋਸਟਲ ਨੇ ਉੱਥੇ ਵੀ ਕਿਸ ਤਰ੍ਹਾਂ ਇੰਪਰੂਵਮੈਂਟ ਹੋਏਗੀ, ਇਹਨਾਂ ਨਾਲ ਡੈਫੀਨੇਟਲੀ ਕਾਲਜ ਯੂਨੀਵਰਸਿਟੀ ਵਾਲਿਆਂ ਨਾਲ ਮੀਟਿੰਗ ਕਰਾਂਗੇ, ਔਰ ਇਹਦੇ ਬਾਰੇ ਜੇ ਕੋਈ ਲੋੜ ਪਏਗੀ ਤਾਂ DC ਸਾਹਿਬ ਤੋਂ ਜਾਂ ਮੇਰੇ ਲੈਵਲ 'ਤੇ ਕੋਈ ਨਾ ਕੋਈ ਅਸੀਂ ਇਹਦੇ 'ਤੇ ਆਰਡਰ ਪਾਸ ਕਰ ਦਾਂਗੇ, ਸੋ ਦੈਟ ਲੀਗਲ ਸ਼ੇਪ ਲੈ ਲਓ। ਇਹ ਓਪਰੇਸ਼ਨ ਜੰਮੂ ਕਸ਼ਮੀਰ ਅਤੇ ਤੁਹਾਡਾ ਜੁਆਇੰਟ ਸੀਗਾ, ਕਿਸ ਤਰ੍ਹਾਂ ਜਿਹੜੀ ਆ ਇਸ ਮੁੱਦੇ ਦਾ ਜਿਹੜਾ ਪੇੜ ਕਿੱਦਾਂ ਵੱਜਾ, ਇਹ ਕਿਸ ਤਰ੍ਹਾਂ ਤੁਹਾਡੀ ਨਾਲ? ਦੇਖੋ, ਗੱਲ ਇਹ ਹੈ ਅਸੀਂ ਬਹੁਤ ਦੇਰ ਤੋਂ ਆਪਣੀਆਂ ਇਨਪੁੱਟ ਸ਼ੇਅਰ ਕਰਦੇ ਹਾਂ, ਦੋਨੋਂ ਨੇਬਰਿੰਗ ਸਟੇਟਸ ਨੇ, ਬਾਰਡਰ ਸਟੇਟਸ ਨੇ, ਔਰ ਬੜਾ ਅੱਛਾ ਕੋਆਰਡੀਨੇਸ਼ਨ ਹੈ। ਕੁਛ ਇਨਪੁੱਟ ਸਾਡੇ ਕੋਲ ਸੀਗੀਆਂ, ਕੁਛ ਉਹਨਾਂ ਕੋਲ ਸੀਗੀਆਂ, ਉਹਨੂੰ ਜਦੋਂ ਅਸੀਂ ਸਾਰਿਆਂ ਨੂੰ ਇਕੱਠਾ ਕੀਤਾ ਤਾਂ ਇਹ ਸਕਸੈਸਫੁਲ ਹੋਇਆ। ਇੱਕ ਇਹਦੇ ਵਿੱਚ ਨਾਮੀ ਅੱਤਵਾਦੀ ਦਾ ਭਰਾ ਵੀ ਦੱਸਿਆ ਜਾ ਰਿਹਾ, ਉਹਦਾ ਕੀ ਨਾਮ ਹੈ ਅਤੇ ਅੱਤਵਾਦੀ ਦਾ ਕੀ ਨਾਮ? ਜੋ ਚੀਜ਼ ਸਾਹਮਣੇ ਲੀਗਲ ਵੇ ਆਊਟ ਵਰਕ ਆਊਟ ਕੀਤਾ ਜਾਏਗਾ, ਸੋ ਦੈਟ ਇਹੋ ਜਿਹੀ ਚੀਜ਼ ਹੈ ਇਹਨੂੰ ਅੱਗੇ ਤੋਂ ਨਾ ਦੇਸ਼ ਵਿਦੇਸ਼ ਔਰ ਆਪਣੇ ਸ਼ਹਿਰ ਕੀ ਲੋਕਲ ਖਬਰ ਕੇ ਲਿਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰੇ ਔਰ ਘੰਟੀ ਕੇ ਬਟਨ ਕੋ ਜ਼ਰੂਰ ਦਬਾਏ। ਆਪਕਾ ਮਨਪਸੰਦ ਨਿਊਜ਼ ਚੈਨਲ KPD ਨਿਊਜ਼, ਹੱਕ ਸੱਚ ਔਰ ਇਨਸਾਫ ਕੀ ਆਵਾਜ਼ ਆਪਕੋ ਰੱਖੇ ਸਭ ਸੇ ਆਗੇ।